ਇੰਸਟਾਗ੍ਰਾਮ ਉੱਪਰ ਮਸ਼ਹੂਰ ਹਰਪਾਲ ਕੌਰ ਯਾਨੀ ਕਿ ਬਰਾਊਨ ਕੁੜੀ ਨੂੰ ਤੁਸੀਂ ਜਾਣਦੇ ਹੋਵੋਗੇ। ਅੱਜ ਇੱਕ ਬਾਬੇ ਦੁਆਰਾ ਉਸ ਨੂੰ ਇਨਵਾਈਟ ਕੀਤਾ ਗਿਆ ਕਿਸੇ ਮੇਲੇ 'ਤੇ ਅਤੇ ਉੱਥੇ ਬੁਲਾ ਕੇ ਸਾਰੀ ਦੁਨੀਆ ਦੇ ਨਾਲ ਰੂਬਰੂ ਕਰਵਾਇਆ ਅਤੇ ਕਿਹਾ ਗਿਆ ਕਿ ਇਸ ਕੁੜੀ ਨੇ ਵੈਲਡਿੰਗ ਦੇ ਨਾਂ ਤੋਂ ਆਪਣਾ ਨਾਮ ਇੰਡੀਆ, ਅਮੇਰੀਕਾ, ਆਸਟ੍ਰੇਲੀਆ, ਕਨੇਡਾ ਕਈ ਥਾਵਾਂ 'ਤੇ ਬਣਾ ਲਿਆ ਹੈ। ਅਤੇ ਮੈਂ ਇਹਨੂੰ ਸਲਾਮ ਕਰਦਾ ਵਾਂ ਕਿ ਇੱਕ ਮਾਂ ਹੋਣ ਦੇ ਨਾਤੇ ਨਾਲ ਨਾਲ ਵੈਲਡਿੰਗ ਦਾ ਕੰਮ ਕਰਦੀ ਅਤੇ ਨਾਲ ਆਪਣੇ ਬੱਚੇ ਨੂੰ ਵੀ ਪੜ੍ਹਾਉਂਦੀ ਹੈ। ਇਸ ਕੁੜੀ 'ਚ ਬਹੁਤ ਹੌਂਸਲਾ ਹੈ। ਤਲਾਕ ਹੋਣ ਤੋਂ ਬਾਅਦ ਇਸਨੇ ਆਪਣੀ ਲਾਈਫ ਇੱਕ ਦੁਬਾਰਾ ਸ਼ੁਰੂ ਕੀਤੀ ਅਤੇ ਅੱਜ ਵੇਖੋ ਕਿੰਨੀ ਵਧੀਆ ਸੁਖੀ ਜੀ ਰਹੀ ਹੈ। ਨਹੀਂ ਤਾਂ ਕੁੜੀਆਂ ਤਲਾਕ ਤੋਂ ਬਾਅਦ ਆਪਣੀ ਜ਼ਿੰਦਗੀ ਹੀ ਖਤਮ ਕਰ ਲੈਂਦੀਆਂ ਨੇ। ਆਓ ਹੋਰ ਕੀ ਕਿਆ ਬਾਬੇ ਨੇ ਤੁਹਾਨੂੰ ਵੀ ਦਿਖਾਉਂਦੇ ਹਾਂ ਇਸ ਵੀਡੀਓ ਵਿੱਚ। ਅਤੇ ਤੁਸੀਂ ਬਰਾਊਨ ਕੁੜੀ ਦੀ ਲਾਈਫ ਨੂੰ ਕਿੱਦਾਂ ਦੇਖਦੇ ਹੋ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਅਤੇ ਬਰਾਊਨ ਕੁੜੀ ਲਈ ਇੱਕ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਤਾਂ ਬਣਦਾ ਹੈ। ਧੰਨਵਾਦ। ਭਾਈ ਜੀ, ਮੈਂ ਆਪਣੇ ਮੇਲੇ ਦੀ ਇੱਕ ਭੈਣ ਨੂੰ ਸੱਦਿਆ ਸੀ। ਉਹ ਧੀ ਹੈ ਜਿਹਨੇ ਆਪਣੇ ਮਾਂ ਬਾਪ ਦਾ ਨਾਂ ਰੋਸ਼ਨ ਕੀਤਾ। ਜ਼ਿੰਦਗੀ 'ਚ ਕੋਈ ਛੋਟਾ ਜਿਹਾ ਮਿਸਟੇਕ ਹੋ ਗਈ, ਸਿੰਗਲ ਮਦਰ, ਬੱਚਾ ਵੀ ਪੜ੍ਹਦਾ ਆ ਔਰ ਵੈਲਡਿੰਗ ਦਾ ਕੰਮ ਕਰਕੇ ਬੜਾ ਨਾਂ ਕੀਤਾ ਆਸਟ੍ਰੇਲੀਆ, ਜਿਹਦਾ ਸਾਰਾ ਸਮਾਨ ਜਾਂਦਾ ਟਰਾਲੀਆਂ ਟਰੈਕਟਰਾਂ ਦਾ। ਲਾ ਦਿਓ ਤਾੜੀਆਂ ਯਾਰ, ਉਸ ਮਾਲਕ ਦੇ ਸੱਚੇ ਪਾਤਸ਼ਾਹ ਦੀ ਕਿਰਪਾ ਹੋਈ ਆ ਕਿ ਧੀਆਂ ਇਸ ਖੜੇ ਜਾਈਆਂ। ਭੈਣ ਮੇਰੀ ਜੀ ਆ, ਸੱਚੇ ਪਾਤਸ਼ਾਹ ਤੈਨੂੰ ਲੰਮੀਆਂ ਉਮਰਾਂ ਕਰੇ, ਤੈਨੂੰ ਚੜ੍ਹਦੀ ਕਲਾ ਰੱਖੇ, ਤੇਰੇ ਬੱਚਿਆਂ ਨੂੰ ਤਰੱਕੀਆਂ ਬਖਸ਼ੇ ਮੇਰੇ ਭੈਣ। ਬਹੁਤ ਬਹੁਤ ਸਾਡੇ ਵਿੱਚ ਬਰਾਊਨ ਕੁੜੀ ਦੇ ਨਾਂ ਨਾਲ ਮਸ਼ਹੂਰ ਇਹ ਪੰਜਾਬ ਦੀ ਬੇਟੀ ਹੈ ਵੀ ਸਾਡੇ ਵਿੱਚ ਪਹੁੰਚੀ ਹੈ, ਜਿਹੜੀ ਮਿਹਨਤ ਕਰਦੀ ਹੈ, ਆਪਣੇ ਬੱਚੇ ਨੂੰ ਪਾਲਦੀ ਹੈ, ਟਰਾਲੀਆਂ ਦਾ ਕੰਮ ਕਰਦੀ ਹੈ, ਬੈਲਡਿੰਗ ਦਾ ਕੰਮ ਕਰਦੀ ਹੈ, ਬੈਲਡਿੰਗ ਕਰਦੀ ਕਰਦੀ ਦਾ ਸੋਸ਼ਲ ਮੀਡੀਆ ਤੇ ਨਾਂ ਪੈ ਗਿਆ ਬਰਾਊਨ ਕੁੜੀ, ਸੋ ਇਹਨੂੰ ਵੀ ਇੱਥੇ ਪਹੁੰਚਣ ਤੇ ਜੀਆਂ ਕਹਿੰਦੇ ਆ, ਵੈਲਕਮ ਕਹਿੰਦੇ ਆ। ਸੋ ਜੀ, ਇਸ ਤੋਂ ਬਾਅਦ ਅਗਲੀ